ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਦੋਸਤੋ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਲੱਗਾ ਹਾਂ ਤੁਹਾਡੇ ਨਾਲ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2021 ਬਾਰੇ ਤੇ ਵੱਡਾ ਮੁੱਦਾ ਇਸ ਵਕਤੇ ਬਣ ਚੁੱਕਿਆ ਹੈ ਕਿ ਜਿਹੜੀਆਂ ਰਿਵਾਈਜ਼ਡ ਲਿਸਟਾਂ ਨੇ ਸਾਡੇ ਕੋਲ ਕਦੋਂ ਪਹੁੰਚਣੀਆਂ ਨੇ ਰਿਵਾਈਜ਼ਡ ਲਿਸਟਾਂ ਦਾ ਮਤਲਬ ਇਹ ਹੈ ਕਿ ਡਿਸਟ੍ਰਿਕਟ ਕੈਡਰ ਤੇ ਆਰਮਡ ਕੈਡਰ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਲਿਸਟਾਂ ਬਣਨੀਆਂ ਨੇ ਮੈਰਿਟ ਵਾਈਜ਼ ਉਹ ਕਦੋਂ ਆਉਣੀਆਂ ਨੇ ਸੋ ਤੁਹਾਨੂੰ ਸਾਰੇ ਅਪਡੇਟ ਬਾਰੇ ਜਾਣਕਾਰੀ ਦਿੱਤੀ ਜਾਊਗੀ ਤੇ ਇੱਕ ਗੱਲ ਹੋਰ ਤੁਸੀਂ ਗਰੁੱਪਸ ਦੇ ਵਿੱਚ ਪੜ੍ਹਿਆ ਹੋਊਗਾ ਕਿ ਕੈਂਡੀਡੇਟਸ ਸਲਾਹ ਕਰ ਰਹੇ ਨੇ ਕਿ ਜਾ ਕੇ ਡਿਪਾਰਟਮੈਂਟ ਨਾਲ ਗੱਲ ਕੀਤੀ ਜਾਵੇ ਦਵਾਰੇ ਸੋ ਉਹਦੇ ਬਾਰੇ ਵੀ ਮੈਂ ਵੀਡੀਓ ਵਿੱਚ ਗੱਲ ਕਰੂੰਗਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਈ ਰਿਵਾਈਜ਼ਡ ਲਿਸਟਾਂ ਦੀ ਦੋਸਤੋ ਜਦੋਂ ਪਿਛਲੀ ਵਾਰ ਬੱਚੇ ਗਏ ਸੀਗੇ ਚੰਡੀਗੜ੍ਹ ਸੀਮਾ ਦਫ਼ਤਰ ਗਏ ਸੀਗੇ ਤੇ ਉੱਥੇ 24 ਤਰੀਕ ਨੂੰ ਗਏ ਸੀ ਉਹ ਤੇ ਉਦੋਂ ਗੱਲ ਕੀਤੀ ਸੀ ਉਹਨਾਂ ਨੇ ਡਿਪਾਰਟਮੈਂਟ ਦੇ ਨਾਲ ਡਿਪਾਰਟਮੈਂਟ ਨੇ ਕਿਹਾ ਸੀਗਾ ਕਿ ਬੱਚਿਓ ਤੁਹਾਡਾ April ਦੇ ਲਾਸਟ ਤੱਕ ਤੁਹਾਡਾ ਸਾਰਾ ਜਿਹੜਾ ਪ੍ਰੋਸੀਜਰ ਆ ਉਹ ਹੋ ਜਾਣਾ ਠੀਕ ਹੈ ਸਾਰਾ ਪ੍ਰੋਸੀਜਰ ਮੀਨਸ ਕੀ ਤੁਹਾਡੀ ਲਿਸਟ ਆ ਜਾਣੀਆਂ ਨੇ ਤੇ April ਦੇ ਲਾਸਟ ਤੱਕ ਤੁਹਾਡੇ ਜੁਆਇਨਿੰਗ ਲੈਟਰ ਤੁਹਾਡੇ ਕੋਲ ਹੋਣਗੇ ਠੀਕ ਹੈ April ਦੇ ਲਾਸਟ ਤੱਕ ਤੇ ਅੱਜ ਕਿੰਨੀ ਡੇਟ ਆ 16 ਤਰੀਕਾ ਠੀਕ ਹੈ ਸੋ ਮੈਂ ਉਹਨਾਂ ਕੈਂਡੀਡੇਟਸ ਨੂੰ ਇਹ ਕਹੂੰਗਾ ਕਿ ਭਰਾਵੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੋ ਤਿੰਨ ਮਹਿਕਮਿਆਂ ਦੇ ਵਿੱਚ ਜਿਹੜੀ ਐ ਜੋਇਨਿੰਗ ਹੋ ਰਹੀ ਐ ਜੋਇਨਿੰਗ ਲੈਟਰ ਵੰਡੇ ਗਏ ਨੇ ਅੱਜ ਵੀ ਜਿਹੜੇ ਨੇ ਪੀਐਸਟੀਸੀਐਲ ਦੇ ਜਿਹੜੇ ਜੋਇਨਿੰਗ ਲੈਟਰ ਦਿੱਤੇ ਗਏ ਨੇ ਚੰਡੀਗੜ੍ਹ ਵੀ ਵਿਖੇ ਠੀਕ ਹੈ ਤੁਹਾਨੂੰ ਸਭ ਨੂੰ ਪਤਾ ਏ ਗੱਲ ਤੇ ਤਕਰੀਬਨ ਸਾਰੀਆਂ ਪ੍ਰਤੀਆਂ ਦੇ ਜਿਹੜੇ ਜੋਇਨਿੰਗ ਲੈਟਰ ਨੇ ਜਿਵੇਂ ਹੁਣ ਜਿਹੜੀਆਂ ਬਚੀਆਂ ਨੇ ਭਾਵੇਂ ਉਹ ਜੇਲ੍ਹ ਵਾਰਡਰ ਦੀ ਹੋਗੀ ਭਾਵੇਂ ਪਟਵਾਰੀ ਦੀ ਹੋਗੀ ਤੇ ਬਾਬਾ ਫਰੀਦ ਯੂਨੀਵਰਸਿਟੀ ਵਾਰਡ اٹੈਂਡੈਂਟ ਦੀ ਹੋਗੀ ਤੇ ਪੰਜਾਬ ਪੁਲਿਸ ਕਾਂਸਟੇਬਲ ਦੀ ਇਹ ਵੱਡੀ ਪ੍ਰਤੀਆ 4358 ਇਹਦੀ ਹੋਗੀ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਜਿਹੜੇ ਜੋਇਨਿੰਗ ਲੈਟਰ ਨੇ ਨਾ ਅਪ੍ਰੈਲ ਦੇ ਲਾਸਟ ਦੇ ਤੱਕ ਮਿਲ ਜਾਣੇ ਨੇ ਠੀਕ ਹੈ ਸੋ ਜੋ ਹਦਾਇਤਾਂ ਉਹਨਾਂ ਨੇ ਦਿੱਤੀਆਂ ਸੀ ਡਿਪਾਰਟਮੈਂਟ ਨੇ ਠੀਕ ਹੈ ਉਹਨਾਂ ਨੂੰ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਥੋੜੀ ਵੇਟ ਕਰਨੀ ਚਾਹੀਦੀ ਆ ਤੇ ਜਿਵੇਂ ਕਿ ਹੁਣ ਬੱਚੇ ਕਰਦੇ ਰਹਿੰਦੇ ਨੇ ਠੀਕ ਹੈ ਗਰੁੱਪਸ ਦੇ ਵਿੱਚ ਮੈਂ ਵੀ ਦੇਖਦਾ ਵੀ ਬੱਚੇ ਕਰਦੇ ਰਹਿੰਦੇ ਨੇ ਕਿ ਚਲੋ ਚੰਡੀਗੜ੍ਹ ਚਲੋ ਚੰਡੀਗੜ੍ਹ ਠੀਕ ਹੈ ਇੱਕ ਦੂਜੇ ਨੂੰ ਕਰਦੇ ਰਹਿੰਦੇ ਨੇ ਸੋ ਬੱਚੇ ਉੱਥੇ ਜਾ ਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ ਜਿਵੇਂ ਕਿ ਡਿਪਾਰਟਮੈਂਟ ਨੇ ਗਾਈਡਲਾਈਨ ਜਾਰੀ ਕੀਤੀ ਐ ਸੀ ਕਿ ਐਨੀ ਤਰੀਕ ਤੋਡਾ ਸਾਰਾ ਅਪਡੇਟ ਹੋ ਜੂਗਾ ਸੋ ਤਕਰੀਬਨ ਉਨੀ ਹੀ ਕਿ ਡੇਟ ਦੀ ਦਾ ਵੇਟ ਕਰੋ ਨਾ ਉਥੇ ਡਿਪਾਰਟਮੈਂਟ ਨੂੰ ਜਾ ਕੇ ਤੁਸੀਂ ਕੀ ਕਹੋਗੇ ਕਿ ਕੀ ਅਸੀਂ ਕੀ ਲੈਣਾ ਆ ਠੀਕ ਆ ਤੇ ਡਿਪਾਰਟਮੈਂਟ ਨੇ ਇਹਨਾਂ ਕਿਹਾ ਸੀਗਾ ਕਿ ਵੇਟ ਕਰੋ ਹਾਂ ਅਗਰ 21 ਤੋਂ ਬਾਅਦ ਜੇ ਇਹਦੇ ਲਾਸਟ ਤੋਂ ਬਾਅਦ ਤੁਹਾਡਾ ਨਹੀਂ ਕੋਈ ਅਪਡੇਟ ਆਉਂਦਾ ਤਾਂ ਤੁਹਾਨੂੰ ਜਾਣ ਦਾ ਫਾਇਦਾ ਤਾਂ ਤੁਹਾਡੇ ਕੋਲ ਕੋਈ ਵੈਲਿਡ ਪੁਆਇੰਟ ਹੋਗਾ ਕਿ ਸਰ ਹਾਂਜੀ ਤੁਸੀਂ ਇਹ ਤੁਸੀਂ ਸਾਨੂੰ ਇੰਨੀ ਤਰੀਕਾ ਦਾ ਸਮਾਂ ਦਿੱਤਾ ਸੀ ਕਿ ਪਰ ਉਹ ਸਮਾਂ ਲੰਘ ਚੁੱਕਿਆ ਸਾਡਾ ਕੋਈ ਵੀ ਅਪਡੇਟ ਨਹੀਂ ਆਇਆ ਉਦੋਂ ਆਪਣੇ ਕੋਲ ਵੈਲਿਡ ਪੁਆਇੰਟ ਹੁੰਦਾ ਠੀਕ ਹੈ ਜੀ ਤੇ ਆਪਾਂ ਪਹਿਲਾਂ ਹੀ ਕਰੀ ਜਾਈਏ ਗੱਲਾਂ ਮਾਰੀ ਜਾਈਏ ਗਰੁੱਪ ਦੇ ਵਿੱਚ ਕਿਉਂਕਿ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕਿ ਗੱਲਾਂ ਮਾਰਨ ਵਾਲੇ ਜ਼ਿਆਦਾ ਹੁੰਦੇ ਨੇ ਬਟ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ ਹੈਗਾ ਸੋ ਉੱਥੇ ਕੋਈ ਵੀ ਨਹੀਂ ਜਾਂਦਾ ਹੈਗਾ ਕਈ ਬੱਚੇ ਕਹਿ ਰਹੇ ਨੇ ਕਿ ਅਸੀਂ ਧਰਨਾ ਲਾ ਕੇ ਬੈਠਾਂਗੇ ਉੱਥੇ ਐਦਾਂ ਕਰਾਂਗੇ ਉਹ ਕਰਾਂਗੇ ਸੋ ਬੱਚਿਓ ਤੁਹਾਨੂੰ ਧਰਨਾ ਲਾਉਣ ਦੀ ਲੋੜ ਹੀ ਨਹੀਂ ਹੈਗੀ ਲੋੜ ਹੀ ਨਹੀਂ ਪੈਣੀ ਹੈਗੀ ਜਦੋਂ ਤੁਹਾਡਾ ਪਹਿਲਾਂ ਹੀ ਹੱਲ ਹੋ ਗਿਆ ਠੀਕ ਹੈ ਸੋ ਮੈਂ ਕਿਸੇ ਨੂੰ ਇੱਥੇ 네ਗੈਟਿਵਿਟੀ ਨਹੀਂ ਫਲਾਊਗਾ ਕਿ ਤੁਸੀਂ ਐਦਾਂ ਨਾ ਕਰੋ ਠੀਕ ਹੈ ਤੁਸੀਂ ਸਾਰੇ ਮੇਰੇ ਭਰਾ ਹੋ ਤੇ ਤੁਸੀਂ ਵੇਟ ਕਰੋ ਥੋੜੀ ਜੀ ਹਾਂ ਅਗਰ ਵੇਟ ਤੋਂ ਬਾਅਦ ਵੀ ਕੁਝ ਨਹੀਂ ਹੁੰਦਾ ਤਾਂ ਮੈਂ ਤੁਹਾਡੇ ਨਾਲ ਖੜਾ ਜਿਵੇਂ ਕਹੋਂਗੇ ਮੈਂ ਤੁਹਾਡੇ ਲਈ ਉੱਥੇ ਸਪੋਰਟ ਕਰੂੰਗਾ ਵੀਡੀਓ ਬਣਾ ਕੇ ਤੁਹਾਡੇ ਲਈ ਇਕੱਠੇ ਕਰੂੰਗਾ ਬੱਚਿਆਂ ਨੂੰ ਠੀਕ ਹੈ ਸੋ ਬਟ ਤੁਹਾਨੂੰ ਫਿਲਹਾਲ ਵੇਟ ਕਰਨੀ ਚਾਹੀਦੀ ਏ ਇਸ ਚੀਜ਼ ਦੀ ਠੀਕ ਹੈ ਮੈਂ ਤੁਹਾਨੂੰ ਇਹੀ ਹੀ ਕਹੂੰਗਾ ਕਿਉਂਕਿ ਆਪਾਂ ਉੱਥੇ ਵਾਰ-ਵਾਰ ਜਾਂਦੇ ਆ ਨਾਲੇ ਤਾਂ ਤੁਹਾਡਾ ਸਮਾਂ ਖਰਾਬ ਹੁੰਦਾ ਨਾਲੇ ਉੱਥੇ ਠੀਕ ਹੈ ਉੱਥੇ ਥੋੜੇ ਜਿਹੀ ਕਈ ਵਾਰ ਵਿੱਚ ਸ਼ਰਾਰਤੀ ਆਂਸਰ ਵੀ ਹੁੰਦੇ ਨੇ ਸੋ ਕੋਈ ਇਦਾਂ ਹੁੰਦਾ ਨਹੀਂ ਹਰਕਤ ਕਰ ਦਿੰਦੇ ਨੇ ਜਿਸ ਨਾਲ ਸਾਰਿਆਂ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਰਿਵਾਈਜ਼ਡ ਲਿਸਟਾਂ ਨੇ ਜਿਹੜੀਆਂ ਉਹ ਬਹੁਤ ਜਲਦ ਆ ਜਾਣੀਆਂ ਨੇ ਤਕਰੀਬਨ ਤਿਆਰ ਪਈਆਂ ਨੇ ਹਲੇ ਲਿਸਟਾਂ ਠੀਕ ਹੈ ਲਿਸਟਾਂ ਤਿਆਰ ਪਈ ਨੇ ਅਪਲੋਡ ਕਰਨੀ ਰਹਿੰਦੀ ਹੈ ਅਪਲੋਡ ਤੋਂ ਬਾਅਦ ਬਸ ਸਿੱਧੇ ਤੁਹਾਡੇ ਜੁਆਇਨਿੰਗ ਲੈਟਰ ਹੋਣਗੇ ਉਸ ਤੋਂ ਬਾਅਦ ਮੈਡੀਕਲ ਹੋ ਕੇ ਸਾਰਾ ਪ੍ਰੋਸੈਸ ਨਿਬੜ ਜਾਣਾ ਠੀਕ ਹੈ ਸੋ ਐਟ ਲੀਸਟ ਹਫਤੇ ਇੱਕ ਦੀ ਵੇਟ ਕਰੋ ਨਾ ਠੀਕ ਹੈ 16 ਤਰੀਕ ਹੋਗੀ ਅੱਜ ਹਫਤੇ ਦੀ ਵੇਟ ਕਰੋ ਤੇ ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਲਿਸਟਾਂ ਜਦੋਂ ਇੱਕ ਵਾਰ ਲਿਸਟਾਂ ਆ ਗਈਆਂ ਫਿਰ ਆਪਣੇ ਕੋਲ ਇੱਕ ਜੈਨੂਨ ਰੀਜ਼ਨ ਹੋ ਜਾਊਗਾ ਜੇ ਉਸ ਤੋਂ ਬਾਅਦ ਨਾ ਆਪਾਂ ਨੂੰ ਲੈਟਰ ਵਨ ਡੇ ਠੀਕ ਹੈ ਸੋ ਇੰਨੀ ਕੇ ਮੇਰੀ ਗੱਲ ਥੋੜੀ ਜੀ ਗੌਰ ਕਰਿਓ ਤੇ ਬਾਕੀ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਜੇ ਤੁਹਾਨੂੰ ਲੱਗਦੀ ਆ ਬਾਕੀ ਆਪਣੇ ਕਮੈਂਟਸ ਮੈਨੂੰ ਜਰੂਰ ਕਰਿਓ ਠੀਕ ਆ ਤੁਹਾਡੇ ਕਮੈਂਟਸ ਬਹੁਤ ਇੰਪੋਰਟੈਂਟ ਹੁੰਦੇ ਨੇ ਮੇਰੇ ਲਈ ਠੀਕ ਆ ਕੋਈ ਨੇਕ ਸਲਾਹ ਜਰੂਰ ਦਿਆ ਕਰੋ ਆਪਣੀ ਜੇ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੁੰਦੀ ਹੈ ਮੈਨੂੰ ਜਿਹੜਾ ਇੰਸਟਾਗ੍ਰam ਦਾ ਚੈਨਲ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੇ ਨਾਲ ਹੀ ਟੈਲੀਗ੍ਰam ਦਾ ਵੀ ਲਿੰਕ ਦਿੱਤਾ ਹੈ ਉੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਬਾਕੀ ਮੈਂ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਜਿਹੜਾ ਚੈਨਲ ਆ ਜੀ ਤੁਹਾਡਾ ਆਪਣਾ ਚੈਨਲ ਆ ਇੱਥੇ ਮੈਂ ਕੈਂਡੀਡੇਟਸ ਦੇ ਹੱਕ ਦੀ ਹੀ ਗੱਲ ਕਰਦਾ ਹੁਣ ਠੀਕ ਆ ਇੱਥੇ ਸਾਨੂੰ ਕੋਈ ਵਿਊਜ਼ ਦਾ ਚੱਕਰ ਨਹੀਂ ਹੈ ਕਿਉਂਕਿ ਜੇ ਪੈਸੇ ਕਮਾਣੇ ਹੁੰਦੇ ਤਾਂ ਫਿਰ ਫਿਰ ਤਾਂ ਬਾਧੂ ਤੰਦੇ ਨੇ ਦੁਨੀਆਦਾਰੀ ਤੇ ਸੋ ਇਦਾਂ ਦਾ ਕੁਝ ਵੀ ਨਹੀਂ ਹੈਗਾ ਮੈਂ ਤੁਹਾਡੇ ਲਈ ਹੀ ਇਹ ਬੱਚਿਆਂ ਨੂੰ ਸਪੋਰਟ ਕਰਨ ਦੇ ਲਈ ਖੋਲੇ ਹੋਇਆ ਠੀਕ ਆ ਤੁਸੀਂ ਮੇਰੇ ਬੱਚਿਆਂ ਵਰਗੇ ਹੋ ਸਾਰੇ ਭੈਣ ਭਰਾ ਠੀਕ ਆ ਸੋ ਕੋਈ ਇਦਾਂ ਦੀ ਵੀ ਗੱਲ ਨਹੀਂ ਹੈਗੀ ਸੋ ਤੁਹਾਨੂੰ ਵੇਟ ਕਰਨੀ ਚਾਹੀਦੀ ਐਟ ਲੀਸਟ ਮੈਂ ਇਹ ਜਿਹੜਾ ਪਲੇਟਫਾਰਮ ਆ ਇੱਥੇ ਪਲੇਟਫਾਰਮ ਤੇ ਆਵਾਜ਼ ਨੂੰ ਰੇਜ਼ ਕਰਨ ਦਾ ਇਹੀ ਫਾਇਦਾ ਕਿਉਂਕਿ ਜਿਵੇਂ ਹੁਣ ਜੇ ਯੂਗਧ ਚਾਉਂਦੀ ਆ ਠੀਕ ਹੈ ਜੇ ਆਪਾਂ ਹੁਣ ਡਿਪਾਰਟਮੈਂਟ ਦੇ ਮੁਤਾਬਕ ਹੀ ਨਹੀਂ ਚੱਲਾਂਗੇ ਤਾਂ ਤਾਂ ਫਿਰ ਆਪਣੇ ਲਈ ਗਲਤ ਗੱਲ ਹਨਾ ਉੱਥੇ ਕੋਈ ਇੱਕ ਵੈਲਿਡ ਇਸ਼ੂ ਹੋਣਾ ਚਾਹੀਦਾ ਆਪਣੇ ਕੋਲ ਇੱਕ ਵੈਲਿਡ ਪੁਆਇੰਟ ਹੋਣਾ ਚਾਹੀਦਾ ਸੋ ਇੰਨੀ ਕੁ ਵੇਟ ਕਰੋ ਠੀਕ ਹੈ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਬਣਦਾ ਬਾਕੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲ ਹੀ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਬੱਚੇ ਤੱਕ ਇਹ ਪਹੁੰਚ ਜਾਵੇ ਠੀਕ ਹੈ ਧੰਨਵਾਦ ਦੋਸਤੋ